ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੇ ਪਿਓ ਦੀ ਹੋਈ ਮੌਤ। ਲਾੜੀ ਦੇ ਭਰਾ ਦੀ ਹੋਈ ਸੀ ਪਿੰਡ 'ਚ ਲੜਾਈ। ਬਚਾਉਣ ਗਏ ਪਿਓ ਨੂੰ ਉਤਾਰਿਆ ਮੌਤ ਦੇ ਘਾਟ। ਸ਼ਿਕਾਇਤ ਮਿਲਣ ਤੇ ਪਹੁੰਚੀ ਪੁਲਿਸ ਤੇ ਵੀ ਕੀਤਾ ਭਾਰੀ ਪਥਰਾ। ਜਿਸ ਘਰ ਦੇ ਵਿੱਚੋਂ ਅੱਜ ਲੜਕੀ ਦੀ ਡੋਲੀ ਉੱਠਣੀ ਸੀ, ਅੱਜ ਉਸੇ ਘਰ ਦੇ ਵਿੱਚ ਸੱਥਰ ਵਿਛਿਆ। ਦੱਸ ਦਈਏ ਕਿ ਮਾਮੂਲੀ ਜਿਹੀ ਗੱਲ ਨੇ ਖੂਨੀ ਰੂਪ ਧਾਰਿਆ ਤੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਕਤਲ ਵੀ ਲਾੜੀ ਦੇ ਪਿਓ ਦਾ ਹੋਇਆ, ਜਿਸਨੇ ਆਪਣਾ ਆਸ਼ੀਰਵਾਦ ਦੇ ਕੇ ਉਸ ਲਾੜੀ ਨੂੰ ਆਪਣੇ ਘਰ ਦੇ ਵਿੱਚੋਂ ਵਿਦਾ ਕਰਨਾ ਸੀ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਘਰ ਦੇ ਵਿੱਚ ਵਿਆਹ ਸੀ ਤੇ ਡੀਜੇ ਪਾਰਟੀ ਚੱਲ ਰਹੀ ਸੀ, ਤੇ ਇਸੇ ਦੌਰਾਨ ਜੋ ਲਾੜੀ ਦਾ ਭਰਾ ਹੈ ਉਹ ਆਪਣੇ ਇੱਕ ਰਿਸ਼ਤੇਦਾਰ ਨੂੰ ਜਦੋਂ ਛੱਡਣ ਦੇ ਲਈ ਜਾਣ ਲੱਗਿਆ ਤਾਂ ਰਾਹ ਦੇ ਵਿੱਚ ਕੁਝ ਸ਼ਰਾਬੀ ਟੱਕਰਦੇ ਨੇ, ਜਿਸ ਦੇ ਨਾਲ ਉਸਦੇ ਭਰਾ ਦੀ ਲੜਾਈ ਹੋ ਜਾਂਦੀ ਹੈ। ਬਚਾਅ ਕਰਨ ਗਏ ਪਿਓ ਦੇ ਉੱਪਰ ਹੀ ਜੋ ਸ਼ਰਾਬੀ ਨੇ ਉਹ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਲਾੜੀ ਦੇ ਪਿਓ ਦੀ ਮੌਤ ਹੋ ਜਾਂਦੀ ਹੈ। ਤੇ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੜਕ ਦੇ ਉੱਤੇ ਜਾਮ ਲਗਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਲਾਂਕਿ ਇਹੀ ਨਹੀਂ, ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਤਾਂ ਸ਼ਰਾਬੀ ਬਦਮਾਸ਼ਾਂ ਨੇ ਇਸ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਭਾਰੀ ਪਥਰਾ ਪੁਲਿਸ ਦੇ ਉੱਤੇ ਕੀਤਾ ਗਿਆ ਤੇ ਦੱਸ ਦਈਏ ਕਿ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਜਾਮ ਲਗਾ ਦਿੱਤਾ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਜਿਸ ਘਰ ਦੇ ਵਿੱਚ ਅੱਜ ਸ਼ਹਿਨਾਈਆਂ ਵੱਜਣੀਆਂ ਸੀ, ਬੈਂਡ ਵਾਜਿਆਂ ਦੇ ਨਾਲ ਬਰਾਤ ਆਣੀ ਸੀ, ਅੱਜ ਉਸ ਘਰ ਦੇ ਵਿੱਚ ਸੱਥਰ ਵਿਛ ਗਿਆ ਤਾਂ ਖਬਰ ਕੁਰੂਕਸ਼ੇਤਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ। ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੇ ਪਿਓ ਦੀ ਹੋਈ ਮੌਤ। ਲਾੜੀ ਦੇ ਭਰਾ ਦੀ ਹੋਈ ਸੀ ਪਿੰਡ 'ਚ ਲੜਾਈ। ਬਚਾਉਣ ਗਏ ਪਿਓ ਨੂੰ ਉਤਾਰਿਆ ਮੌਤ ਦੇ ਘਾਟ। ਸ਼ਿਕਾਇਤ ਮਿਲਣ ਤੇ ਪਹੁੰਚੀ ਪੁਲਿਸ ਤੇ ਵੀ ਕੀਤਾ ਭਾਰੀ ਪਥਰਾ। ਜਿਸ ਘਰ ਦੇ ਵਿੱਚੋਂ ਅੱਜ ਲੜਕੀ ਦੀ ਡੋਲੀ ਉੱਠਣੀ ਸੀ, ਅੱਜ ਉਸੇ ਘਰ ਦੇ ਵਿੱਚ ਸੱਥਰ ਵਿਛਿਆ। ਦੱਸ ਦਈਏ ਕਿ ਮਾਮੂਲੀ ਜਿਹੀ ਗੱਲ ਨੇ ਖੂਨੀ ਰੂਪ ਧਾਰਿਆ ਤੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਕਤਲ ਵੀ ਲਾੜੀ ਦੇ ਪਿਓ ਦਾ ਹੋਇਆ, ਜਿਸਨੇ ਆਪਣਾ ਆਸ਼ੀਰਵਾਦ ਦੇ ਕੇ ਉਸ ਲਾੜੀ ਨੂੰ ਆਪਣੇ ਘਰ ਦੇ ਵਿੱਚੋਂ ਵਿਦਾ ਕਰਨਾ ਸੀ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਹੈ ਕਿ ਘਰ ਦੇ ਵਿੱਚ ਵਿਆਹ ਸੀ ਤੇ ਡੀਜੇ ਪਾਰਟੀ ਚੱਲ ਰਹੀ ਸੀ, ਤੇ ਇਸੇ ਦੌਰਾਨ ਜੋ ਲਾੜੀ ਦਾ ਭਰਾ ਹੈ ਉਹ ਆਪਣੇ ਇੱਕ ਰਿਸ਼ਤੇਦਾਰ ਨੂੰ ਜਦੋਂ ਛੱਡਣ ਦੇ ਲਈ ਜਾਣ ਲੱਗਿਆ ਤਾਂ ਰਾਹ ਦੇ ਵਿੱਚ ਕੁਝ ਸ਼ਰਾਬੀ ਟੱਕਰਦੇ ਨੇ, ਜਿਸ ਦੇ ਨਾਲ ਉਸਦੇ ਭਰਾ ਦੀ ਲੜਾਈ ਹੋ ਜਾਂਦੀ ਹੈ। ਬਚਾਅ ਕਰਨ ਗਏ ਪਿਓ ਦੇ ਉੱਪਰ ਹੀ ਜੋ ਸ਼ਰਾਬੀ ਨੇ ਉਹ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਲਾੜੀ ਦੇ ਪਿਓ ਦੀ ਮੌਤ ਹੋ ਜਾਂਦੀ ਹੈ। ਤੇ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੜਕ ਦੇ ਉੱਤੇ ਜਾਮ ਲਗਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਲਾਂਕਿ ਇਹੀ ਨਹੀਂ, ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਤਾਂ ਸ਼ਰਾਬੀ ਬਦਮਾਸ਼ਾਂ ਨੇ ਇਸ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਭਾਰੀ ਪਥਰਾ ਪੁਲਿਸ ਦੇ ਉੱਤੇ ਕੀਤਾ ਗਿਆ ਤੇ ਦੱਸ ਦਈਏ ਕਿ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਜਾਮ ਲਗਾ ਦਿੱਤਾ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਜਿਸ ਘਰ ਦੇ ਵਿੱਚ ਅੱਜ ਸ਼ਹਿਨਾਈਆਂ ਵੱਜਣੀਆਂ ਸੀ, ਬੈਂਡ ਵਾਜਿਆਂ ਦੇ ਨਾਲ ਬਰਾਤ ਆਣੀ ਸੀ, ਅੱਜ ਉਸ ਘਰ ਦੇ ਵਿੱਚ ਸੱਥਰ ਵਿਛ ਗਿਆ ਤਾਂ ਖਬਰ ਕੁਰੂਕਸ਼ੇਤਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ। ਵਿਆਹ ਤੋਂ ਇੱਕ ਦਿਨ ਪਹਿਲਾਂ ਲਾੜੀ ਦੇ ਪਿਓ ਦੀ ਹੋਈ ਮੌਤ। ਲਾੜੀ ਦੇ ਭਰਾ ਦੀ ਹੋਈ ਸੀ ਪਿੰਡ 'ਚ ਲੜਾਈ। ਬਚਾਉਣ ਗਏ ਪਿਓ ਨੂੰ ਉਤਾਰਿਆ ਮੌਤ ਦੇ ਘਾਟ।
ਸ਼ਿਕਾਇਤ ਮਿਲਣ ਤੇ ਪਹੁੰਚੀ ਪੁਲਿਸ ਤੇ ਵੀ ਕੀਤਾ ਭਾਰੀ ਪਥਰਾ। ਜਿਸ ਘਰ ਦੇ ਵਿੱਚੋਂ ਅੱਜ ਲੜਕੀ ਦੀ ਡੋਲੀ ਉੱਠਣੀ ਸੀ, ਅੱਜ ਉਸੇ ਘਰ ਦੇ ਵਿੱਚ ਸੱਥਰ ਵਿਛਿਆ। ਦੱਸ ਦਈਏ ਕਿ ਮਾਮੂਲੀ ਜਿਹੀ ਗੱਲ ਨੇ ਖੂਨੀ ਰੂਪ ਧਾਰਿਆ ਤੇ ਇੱਕ ਵਿਅਕਤੀ ਦਾ ਕਤਲ ਹੋ ਗਿਆ। ਕਤਲ ਵੀ ਲਾੜੀ ਦੇ ਪਿਓ ਦਾ ਹੋਇਆ, ਜਿਸ ਨੇ ਆਪਣਾ ਆਸ਼ੀਰਵਾਦ ਦੇ ਕੇ ਉਸ ਲਾੜੀ ਨੂੰ ਆਪਣੇ ਘਰ ਦੇ ਵਿੱਚੋਂ ਵਿਦਾ ਕਰਨਾ ਸੀ। ਦਰਅਸਲ ਮਾਮਲਾ ਕੁਛ ਇਸ ਤਰ੍ਹਾਂ ਕਿ ਘਰ ਦੇ ਵਿੱਚ ਵਿਆਹ ਸੀ ਤੇ ਡੀਜੇ ਪਾਰਟੀ ਚੱਲ ਰਹੀ ਸੀ ਤੇ ਇਸੇ ਦੌਰਾਨ ਜੋ ਲਾੜੀ ਦਾ ਭਰਾ ਏ ਉਹ ਆਪਣੇ ਇੱਕ ਰਿਸ਼ਤੇਦਾਰ ਨੂੰ ਜਦੋਂ ਛੱਡਣ ਦੇ ਲਈ ਜਾਣ ਲੱਗਿਆ ਤਾਂ ਰਾਹ ਦੇ ਵਿੱਚ ਕੁਝ ਸ਼ਰਾਬੀ ਟੱਕਰਦੇ ਨੇ, ਜਿਸ ਦੇ ਨਾਲ ਉਸਦੇ ਭਰਾ ਦੀ ਲੜਾਈ ਹੋ ਜਾਂਦੀ ਹੈ। ਬਚਾਅ ਕਰਨ ਗਏ ਪਿਓ ਦੇ ਉੱਪਰ ਹੀ ਜੋ ਸ਼ਰਾਬੀ ਨੇ ਉਹ ਹਮਲਾ ਕਰ ਦਿੰਦੇ ਨੇ, ਜਿਸ ਤੋਂ ਬਾਅਦ ਲਾੜੀ ਦੇ ਪਿਓ ਦੀ ਮੌਤ ਹੋ ਜਾਂਦੀ ਹੈ। ਤੇ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਸੜਕ ਦੇ ਉੱਤੇ ਜਾਮ ਲਗਾ ਕੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਹਾਲਾਂਕਿ ਇਹੀ ਨਹੀਂ, ਜਦੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤਾਂ ਪੁਲਿਸ ਵੀ ਮੌਕੇ ਤੇ ਪਹੁੰਚੀ ਤਾਂ ਸ਼ਰਾਬੀ ਬਦਮਾਸ਼ਾਂ ਨੇ ਇਸ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਪੁਲਿਸ ਮੁਲਾਜ਼ਮ ਵੀ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ। ਭਾਰੀ ਪਥਰਾ ਪੁਲਿਸ ਦੇ ਉੱਤੇ ਕੀਤਾ ਗਿਆ ਤੇ ਦੱਸ ਦਈਏ ਕਿ ਹੁਣ ਲਾੜੀ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸੜਕ ਦੇ ਉੱਤੇ ਜਾਮ ਲਗਾ ਦਿੱਤਾ ਹੈ ਤੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਦੱਸ ਦਈਏ ਕਿ ਜਿਸ ਘਰ ਦੇ ਵਿੱਚ ਅੱਜ ਸ਼ਹਿਨਾਈਆਂ ਵੱਜਣੀਆਂ ਸੀ, ਬੈਂਡ ਵਾਜਿਆਂ ਦੇ ਨਾਲ ਬਰਾਤ ਆਣੀ ਸੀ, ਅੱਜ ਉਸ ਘਰ ਦੇ ਵਿੱਚ ਸੱਥਰ ਵਿਛ ਗਿਆ ਤਾਂ ਖਬਰ ਕੁਰੂਕਸ਼ੇਤਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਵਿਆਹ ਦੀਆਂ ਖੁਸ਼ੀਆਂ ਮਾਤਮ ਦੇ ਵਿੱਚ ਤਬਦੀਲ ਹੋ ਗਈਆਂ ਨੇ।